ਹਾਂ ਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਸੂਈ ਸਵਾਈ ਵਰਡ ਸੇਲ ਲਈ ਬੈ ਕੇ ਆਏ ਜੀ, ਆਓ ਪੁੱਛ ਲੈਂਦੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਵਧੀਆ ਬਾਈ, ਵਧੀਆ ਜੀ। ਨਾਮ ਤੇ ਐਡਰੈਸ? ਨਾਮ ਬਾਈ ਧਰਮਿੰਦਰ ਸਿੰਘ, ਪਿੰਡ ਸੰਧੂ ਕਲਾਂ ਜੀ, ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ। ਨੇੜੇ ਪਿੰਡ ਬਾਈ? ਤਪਾ ਤੇ ਭਦੌੜ ਸ਼ਹਿਰ ਆ ਗਈ ਜੀ ਆਪਣੀ। ਮੋਬਾਈਲ ਨੰਬਰ ਬੋਲ 6802 ਜੀ, 1844। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ। ਬਾਈ ਜਿਹੜੀ ਬੈਲ ਦੇ ਕਿਹੜਾ ਸੋਸ ਹੋਈ ਹੈ ਇਹ? ਬਾਈ ਯਾਰ ਮਾਲਕ ਤਾਂ ਦੂਜਾ ਕਹਿੰਦੇ, ਆਪਾਂ ਤੀਜਾ ਮੰਨਦੇ ਆ। ਠੀਕ ਆ ਬਾਈ। ਹਾਂਜੀ, ਕਦੋਂ ਸੂਈ? ਅਗਰ ਇਹਦੇ ਵਿੱਚ ਹੈਗੀ ਹਫਤੇ ਕਦੀ ਲਗਭਗ ਇਹ ਸੂਈ ਵੀ ਹੈਗੀ। ਠੀਕ ਆ। ਥੱਲੋਂ ਸਾਫ ਸੁਖ ਲੇਵੇ ਦੀ ਬਹੁਤ ਜ਼ਿਆਦਾ ਹੈਗੀ, ਬਹੁਤ ਜ਼ਿਆਦਾ। ਹਾਂ ਦੇਖੋ, ਸੀਲ ਨਹੀਂ ਦਾ ਅੰਤ ਕੋਈ ਨਹੀਂ। ਜਿਵੇਂ ਕਹਿੰਦੇ ਵੀ ਚਾਹੇ ਬਿਨਾਂ ਨਿਆਣੇ ਤੋਂ ਵਜੇ ਬੰਦਾ ਥੱਲੇ, ਆਪਾਂ ਲਾਈਵ ਚ ਆਈ ਹੁਣ ਇਹਦੀ ਦਿਖਾਵਾਂਗੇ। ਠੀਕ ਆ, ਵੀਡੀਓ ਦੇ ਵਿੱਚ। ਮਗਰ ਬੱਚਾ ਬਹੁਤ ਸੋਹਣਾ ਹੈਗਾ, ਬੱਚੀ ਹੈ ਬਾਈ, ਬੱਚੀ ਵੀ ਕੁਆਲਿਟੀ ਵਾਲੀ ਹੈ ਨਾ? ਹਾਂ ਬਾਈ, ਬੱਚਾ ਬਾਈ ਬੱਚੀ ਆ, ਮਗਰ ਬੱਚੀ ਬਹੁਤ ਚੰਗੀ ਹੈ, ਕੁਆਲਿਟੀ ਵਾਲੀ। ਬਾਕੀ ਜਿਹੜੀ ਇਹਦੀ ਚਵਾਈ ਆ ਬਾਈ, ਕਹਿੰਦਾ ਆਪਾਂ ਕਰਕੇ ਦਿਖਾਈ ਦਿੰਦੇ ਆ, ਲੈ ਜਿਵੇਂ ਮਰਜ਼ੀ ਨਿਆਣਾ ਪਾਈ ਜਾਂ ਕੋਈ ਚੱਕਰ ਨਹੀਂ। ਠੰਡੀ ਦਾ ਬਾਈ ਪਾਣੀ ਆ ਜਵਾਬ ਚੋਈ ਜਾਣ। ਅੱਛਾ, ਠੀਕ ਆ, ਕੋਈ ਨਹੀਂ, ਕਰ ਲੈਂਦੇ ਸਾਹਿਬ। ਫੇਸ ਫੂਸ ਕਰਨ ਵਾਲੀ ਦਾ ਬਹੁਤ ਚੰਗਾ ਲੈ। ਗਰਮੀ ਗੁਰਮੀ ਵਾਲਾ ਤਾਂ ਚੱਕਰ ਹੀ ਕੋਈ ਨੀ, ਮੰਨਣੀ ਗਰਮੀ ਕੋਈ ਨੀ ਗੀ। ਸਹੀ ਗੱਲ, ਦੁੱਧ ਵੀ ਮੱਝਾਂ ਵਰਗਾ ਹੋਊਗਾ, ਮੱਝਾਂ ਵਰਗਾ। ਅੱਜ ਦੀ ਘੜੀ ਕਹਿਣ ਨੂੰ ਤਾਂ ਚਾਹੇ ਅਗਲਾ 14 ਕਿਲੋ ਕਹਿ ਰਹੇ, ਪਰ 12 ਕਿਲੋ ਜਿਹੜਾ ਕੰਡੇ ਤੇ ਚੜਦਾ ਦੁੱਧ ਉਹ ਤਿਆਰ ਹੈ ਇਹਦੇ ਥੱਲੇ। ਠੀਕ ਆ। ਹਾਂ, ਦੁੱਧ 13 ਹੀ ਉੱਪਰ ਆਪਾਂ 12 ਕਿਲੋ ਕਹਿ ਕੇ ਦੇਣੀ ਆ। ਠੀਕ ਆ। ਹਾਂ, ਦੁੱਧ ਬਾਈ ਕਹਿੰਦਾ 13 ਲੀਟਰ ਹੋ, ਪਰ ਆਪਾਂ 12 ਲੀਟਰ ਕਹਿ ਕੇ ਦੇਣੀ ਆ ਬਾਈ। ਠੀਕ ਆ ਕਿ ਨਹੀਂ? ਕੰਡੇ ਵਾਲਾ ਦੁੱਧ ਜਿੰਨਾ ਹਾਜ਼ਰਾ ਉਨਾ ਹੀ ਦੱਸਣਾ। ਬੱਚਾ ਮਗਰ ਬੱਚਾ ਬਾਈ ਛੱਡਦੇ ਹੀ ਨੀ ਗੇ ਸੀਗੇ, ਮੰਨ ਲਓ ਚੁੰਘਣਾ ਆਉਂਦਾ ਨੀ ਗਾ, ਪੀਂਦੇ ਹੀ ਆ ਬੱਚਾ। ਠੀਕ ਆ। ਹਾਂ, ਬੱਚਾ ਤਾਂ ਚਾਹੇ ਜਮਾ ਇਸ ਕੋਲੇ ਖੁੱਲਾ ਫਿਰਦਾ ਰਹੇ, ਬੱਚਾ ਚੁੰਘਦਾ ਹੀ ਨੀ ਗਾ ਬਾਈ, ਪੀਂਦਾ ਦੁੱਧ। ਠੀਕ ਆ। ਹਾਂਜੀ, ਥਣ ਬਹੁਤ ਚੰਗਾ ਹਨ, ਥਣ ਤਾਂ ਡਾਕਟਰ ਮੱਝਾਂ ਵਾਲਾ, ਕੱਲਾ ਕੱਲਾ ਥਣ ਮੱਝਾਂ ਵਾਲਾ ਥਣ, ਬਾਕੀ ਚਵਾਈ ਚ ਵੀ ਬਾਈ ਕਹਿੰਦਾ ਚੰਗੀ ਆ, ਥਣ ਵੀ ਵੱਖਰੇ ਵੱਖਰੇ ਹੈਗੇ ਤੇ ਗਰਮੀ ਤਾਂ ਇਹ ਮੰਨਣੀ ਕੋਈ ਨੀ। ਦੁੱਧ ਤਾਂ ਹੋਊਗੀ ਇਹ 16 ਕਿਲੋ, ਕਹਿਣ ਨੂੰ 20 ਕਿਲੋ ਕਹੀ ਚਲੀ ਗਈ, ਉਹਦਾ ਕੋਈ ਸਵਾਦ ਨੀ ਹੈ ਨਾ। ਚਵਾਈ ਬੜੀ ਚੰਗੀ ਹੈ ਨਾ, ਲੈ ਖੜਕਾ ਹੁੰਦਾ ਬਾਲਟੀ ਦੇ ਵਿੱਚ, ਚਵਾਈ ਦੇਖੋ ਬਾਈ ਬੜੀ ਚੰਗੀ ਆ, ਲੈ ਚੋਲੇ ਬਾਈ ਗਰਾਮੈਂਟ ਮਾਰ ਗਿਆ, ਚਵਾਈ ਬੜੀ ਛੇਤੀ ਨਿਬੜ ਜਾ, ਲੈ ਚਵਾਈ ਬਹੁਤ ਚੰਗੀ ਹੈ ਨਾ। ਫੁੱਲ ਨਿਬੜਦੀ ਆ, ਮੱਝਾਂ ਵਰਗੀ ਵੀ ਚਵਾਈ ਆ, ਪੂਰੀ ਫੁੱਲੀ ਚਵਾਈ ਆ, ਜਮਾ ਚਿੱਟਾ ਹੈ। ਦੁੱਧ ਵੀ ਚਿੱਟਾ ਹੈਗਾ, ਹੈਂਡ ਫੂਡ ਪੂਰੀ ਚੰਗੀ ਆ ਹਨਾ, ਦੁੱਧ ਦੇਖੀ ਜਮਾ ਚਿੱਟਾ ਦੁੱਧ ਆ, ਮੱਝਾਂ ਵਰਗਾ। ਫੈਟ ਤਾਂ ਡਾਕਟਰ ਐਮ ਮੰਨ ਕੇ ਚੱਲ, ਵੀ ਲੋਕੀ ਤਾਂ ਕਹਿੰਦੇ ਹੁੰਦੇ ਕਿ 5 ਆਉਂਦੀ ਆ, ਮੇਰੇ ਹਿਸਾਬ ਨਾਲ ਫੈਟ ਦੀ ਫੈਟ ਜਿਹੜੀ 5.5-6, 5.5-6 ਆਉ। ਚਵਾਈ ਚਵਾਈ ਦੇਖੋ, ਲੈ ਬਾਈ ਗਰਨ ਗਰਨ ਵਰਦੀ ਆ, ਫੁੱਲੀ ਪੂਰੀ ਚਵਾਈ ਚੋਣ ਸੂਣ ਦੀ ਆ ਬਾਈ, ਸੀਲ ਵਾਲੀ ਆ, ਚਾਹੇ ਪੁੱਠੇ ਪਾਸੇ ਦੀ ਹੋਵੇ ਕਿ ਚੋਲੇ ਬੰਦਾ। ਠੀਕ ਆ। ਹਾਂ, ਨਿਬੜਦੀ ਆਉਂ ਵੀ ਜਵਾਈ ਵੱਡੀ ਆ, ਮੋਟੀ ਮੋਟੀ ਧਾਰ ਆ, ਉਂਗਲ ਵਰਗੀ ਧਾਰ ਪੈਂਦੀ ਆ। ਲੈ ਕਿੰਨਾ ਕੁ ਟਾਈਮ ਹੋਇਆ ਬਾਈ, 1 ਮਿੰਟ ਹਜੇ ਹੋਇਆ ਨੀ ਜਵਾਈ ਹੁੰਦੀ ਨੂੰ, ਬਾਲਟੀ ਦੇਖੋ ਉੜਦੀ ਆਉਂਦੀ ਆ ਤਾਂ। ਹਾਂ ਡਾਕਟਰ, ਦੁੱਧ ਉਨਾ ਹੈ ਜਿੰਨਾ ਕਹਿਣਾ ਆਪਾਂ, ਦੁੱਧ 13 ਹੋਊ 12 ਦਾ। ਠੀਕ ਆ। ਪਰ ਆਪਾਂ ਕਹਿ ਕੇ 12 ਦੇਣਾ, ਚਾਹੇ ਅਗਲਾ ਕੰਡਾ ਵੀ ਨਾਲ ਲਿਆਵੇ, ਆਪਾਂ ਨੂੰ ਇਹ ਵੀ ਕੋਈ ਚੱਕਰ ਨਹੀਂ। ਠੀਕ ਆ। ਹਾਂ, ਕੰਡਾ ਅਗਲਾ ਨਾਲ ਹੀ ਚੱਕ ਲਿਆਵੇ, ਚਾਹੇ ਆਪਦਾ ਨਾਲ ਹੀ ਚੱਕ ਲਿਆਵੇ ਬਾਈ, ਕਹਿੰਦਾ ਕੋਈ ਚੱਕਰ ਨਹੀਂ, ਖਾਣ ਲੈ ਵਾ, ਬੜਾ ਕਮਾਲ ਆ। ਜੱਜਮੈਂਟ ਵੀਡੀਓ ਚ ਤਾਂ ਹੁੰਦੀ ਹੈਗੀ, ਲਾਈਵ ਚਵਾਈ ਦੀ ਵੀ ਸੀਲ ਠੰਡਾ ਕਿੰਨਾ ਕਾ ਪਸ਼ੂ ਹੈ ਨਾ। ਅਗਲੇ ਨੇ ਜੇ ਕਿਸੇ ਨੇ ਦੂਰੋਂ ਆਨਲਾਈਨ ਮੰਗਾਉਣੀ ਹੈ ਜਾਂ ਆਪ ਆਉਣਾ, ਅਗਲੇ ਨੂੰ ਪਹਿਲਾਂ ਜੱਜਮੈਂਟ ਹੋ ਜਾਂਦੀ ਹੋਊਗਾ, ਹੋ ਜਾਂਦੀ ਹੈ। ਲੈ ਮੌਜ ਨਾਲ ਖੜੀ ਆ, ਲੱਗ ਕੇ ਲੱਤਾਂ ਮਾਰਨ ਵਾਲਾ, ਖਾਈ ਪੀ ਜਾਂਦੀ ਹੈ ਚਾਰੂ ਆ, ਬੱਚਾ ਹੀ ਮਗਰ ਬੱਚੀ ਆ, ਬੱਚੀ ਵੀ ਕੁਆਲਿਟੀ ਵਾਲੀ ਆ। ਚਵਾਈ ਬਹੁਤ ਚੰਗੀ ਯਾਰ, ਵੱਡੀ ਗੱਲ, ਚਵਾਈ ਬਹੁਤ ਫਿੱਟ ਆਈ ਆ, ਕਿਉਂ ਚਵਾਈ ਚੋਣ ਚਾਣ ਪੂਰਾ ਚੰਗਾ ਹੈਗਾ। ਲੈ ਦੱਸਦੀ ਆ ਵੀ ਚਵਾਈ ਹੁੰਦੀ ਆ, ਬਾਕੀ ਆਮ ਬਾਈ ਛੋਟੀ ਬਾਲਟੀ ਨਹੀਂ ਹੈਗੀ, ਇੱਕ ਹੁੰਦਾ ਵੀ ਛੋਟੀ ਜੀ 10 ਕਿਲੋ ਵਾਲੀ ਬਾਲਟੀ ਆ ਇਹ। ਪਰ ਝੱਗ ਝੁੱਗ ਨਾਲ ਮੇਰੇ ਹਿਸਾਬ ਨਾਲ ਇਹਨੇ ਵੀ ਸਿਰੇ ਲਾ ਦੇਣੀ ਆ।
ਠੀਕ ਆ। ਭੂਰ ਸਰਲਾ ਨਹੀਂ ਕੋਈ ਥਾਂ ਚੋਂ ਸਾਫ ਬਾਲੀ ਹੈਗੀ ਚੋਈ ਚੋਈ। ਮੁੱਲ ਕੀ ਹੈ ਸੱਚ? ਮੁੱਲ ਡਾਕਟਰ ਦਾ 50,000 ਆਪਾਂ 46,000 ਦੀ ਵੈਟ ਦੇ ਦਾਂਗੇ ਮੁੱਲਾਂ ਨੂੰ, ਇਹ ਗੱਲਾਂ ਨਹੀਂ ਕਰਨੀਆਂ 55-60 ਕਰ ਦਈਏ। ਠੀਕ ਆ। 46,000 ਦੀ ਆਪਾਂ ਵੈਟ ਦੇ ਦਾਂਗੇ ਇਹ। ਮੁੱਲ 50,000 46,000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ। ਹਾਂ। ਕੱਦ ਬੈਡ ਜਿਆਦ ਬਰੀਟ ਥਣ ਲੇਵਾ ਬੜਾ ਕਮਾਲ ਹੈ, ਚਵਾਈ ਤੁਹਾਡੇ ਸਾਹਮਣੇ, ਦੁੱਧ ਵੀ ਸਾਡੇ ਸਾਹਮਣੇ ਆ ਜਾਣਾ ਇੱਕ ਡੰਗ ਦਾ ਬਈ। ਹਾਂ ਚੋਲੇ ਦਾ ਤਾਂ ਅਗਲਾ ਦੋ ਡੰਗ ਚੋਲੇ, ਤਿੰਨ ਚੋਲੇ ਆਪਾਂ ਨੂੰ ਚੱਕਰ ਕੋਈ ਨਹੀਂ, ਲਾਂਬੇ ਵਾਲੀ ਗੱਲ ਨਹੀਂ ਹੋਊ। ਠੀਕ ਆ। ਦੁੱਧ ਆਪਾਂ 12 ਕਹਿ ਕੇ ਦੇਣਾ ਨਿਕਲੂ ਤੇਰਾ। ਠੀਕ ਹੈ। ਚਾਹ ਅਗਲਾ ਕੰਡਾ ਚੱਕੀ ਫਿਰਿਆ ਉਹਦਾ ਨਾਲ। ਠੀਕ ਹੈ ਭਰਾ। ਹਾਂ ਚਵਾਈ ਚੂਈ ਦੀ ਤਾਂ ਇੱਕ ਨੰਬਰ ਹੈਗੀ, ਉਹ ਲਾਂਬਾ ਨਹੀਂ ਹੈਗਾ ਇਹਦੇ ਚ। ਬੱਚਾ ਹੀ ਬੱਚੀ ਆ ਬਈ, ਬੱਚੀ ਵੀ ਕੁਆਲਿਟੀ ਵਾਲੀ ਹੈ ਲੈ। ਬਾਕੀ ਚੋਣ ਚਾਣ ਬੜਾ ਫਿੱਟ ਆਇਆ ਬਈ, ਬੈਠਦਾ ਥਾਣ ਥੁਣ ਬਹੁਤ ਚੰਗਾ, ਮੁੱਠੀ ਵਾਲਾ ਥਾਣਾ, ਕੱਲਾ ਕੱਲਾ ਥਾਣਾ ਬਈ। ਇੱਕ ਮਿੰਟ ਡਾਕਟਰ ਧੱਕਾ ਕਰਦੀ ਆ ਦੁੱਧ ਪੀਣ ਨੂੰ। ਲੈ ਮੋਹ ਨਾ ਛੱਡ ਗਿਆ ਬਈ, ਬੱਚੀ ਬੰਨਣ ਲੱਗ ਗਿਆ, ਭੋਰਾ ਨੀ ਹਿਲਦੀ ਬਈ, ਬਾਲਟੀ ਥੱਲੇ ਪਈ ਆ, ਕੋਈ ਚੱਕਰ ਹੀ ਨੀ ਗਾ। ਮੈਂ ਕਿਹਾ ਡਾਕਟਰ ਚੱਕਰ ਭੋਰਾ ਵੀ ਨਹੀਂ ਬਹਿ ਜਾ, ਚਾਹੇ ਜਿਵੇਂ ਕਹਿੰਦੇ ਵੀ ਬੁੜੀਆਂ ਚੁੱਲ੍ਹੇ ਤੇ ਜਾ ਕੇ ਦਾਲ ਸਬਜ਼ੀ ਵੀ ਕਰਸੀ ਫੇਰਿਆ ਹੁਣ ਛੱਡ ਕੇ, ਉਹ ਗੱਲ ਹੈ ਨਾ। ਸਹੀ ਗੱਲ ਆ, ਹਿੱਲੋ ਨਹੀਂ ਚੱਕਦੀ, ਇੰਚ ਵੀ ਨਹੀਂ ਪੈਰ ਹਲੋ, ਹਿੱਲੋ ਨਹੀਂ ਮਾਂ ਦੀ ਧੀ। ਸਹੀ ਗੱਲ ਆ ਬਾਈ ਦੀ, ਮਾਂ ਨਾ ਬਾਈ ਨੇ ਛੱਡ ਕੇ ਥਾਣੋਂ ਵੀ ਪਰੇ ਹੋ ਕੇ ਬੱਚੀ ਬੰਨੀ ਤੇ ਫੇਰ ਬਹਿ ਗਿਆ ਲੈ, ਭੋਰਾ ਨਹੀਂ ਹਿੱਲੀ। ਤੇ ਬਾਕੀ ਦੁੱਧ ਬਾਈ ਤੁਹਾਡੇ ਸਾਹਮਣੇ ਆ ਗਿਆ, ਦੇ ਸਾਂ 10 ਲੀਟਰ ਦੀ ਬਾਈ ਕਹਿੰਦਾ ਬਾਲਟੀ ਆ ਇਹ, ਕੋਈ ਛੋਟੀ ਨਹੀਂ ਹੈਗੀ ਬਾਲਟੀ। ਡਾਕਟਰ ਦੁੱਧ ਤਾਂ ਆਪਾਂ 12 ਕਹਿ ਕੇ ਦੇਣੀ ਆ, ਦੁੱਧ ਤਾਂ ਅੱਜ ਦੀ ਘੜੀ ਵੀ ਆਪਣੀ, ਜੇ ਮੰਨ ਲਓ ਵੀ ਲੇਟੀ ਇਹਨੂੰ ਚੱਲ, ਕੱਲ ਹਜੇ ਪਹਿਲੇ ਦਿਨ ਲੇਟੀ ਧਰੀ ਹੈਗੀ, ਦੁੱਧ ਅੱਜ ਵੀ 13 ਤੋਂ ਹੀ ਬਾਹਰ ਹੋਣਾ। ਠੀਕ ਆ। ਪਰ ਆਪਾਂ 12 ਕਿਲੋ ਕਹਿ ਕੇ ਦੇਣੀ ਆ ਨੈਟ। ਠੀਕ ਆ। ਚਾਹੇ ਅਗਲਾ ਕੰਡਾ ਵੀ ਨਾਲ ਚੱਕੀ ਫਿਰੇ ਆਪਣੇ ਤੋਂ, ਜੋ ਕਹਿੰਦਾ ਇੱਧਰ ਉੱਧਰ ਜੇ ਨਹੀਂ ਹੋਇਆ ਜਾਂਦਾ ਫਿਰ ਚਲੋ ਅਗਲਾ ਚੋਣ ਬਹਿ ਗਿਆ ਕੇ ਥੱਲੇ। ਸਹੀ ਗੱਲ, ਕਿਆ ਬਾਤ ਆ ਬਾਈ, ਬਹੁਤ ਛੇਤੀ ਚਵਾਈ ਨਿਬੜੀ ਆ। ਬਾਕੀ ਦੁੱਧ ਤੁਹਾਡੇ ਸਾਹਮਣੇ ਜਮਾ ਚਿੱਟਾ ਦੁੱਧ, ਮੱਝਾਂ ਵਰਗਾ ਦੁੱਧ, ਕੋਈ ਐ ਨਹੀਂ ਹੈਗਾ ਵੀ ਹਨਾ, ਹੁਣ ਵੀ 7.5-7 ਦੁੱਧ ਹੋਊਗਾ ਹੋਊਗਾ ਬਾਲਟੀ ਚ। ਮੁੱਲ ਵੀ ਜਾਇਜ਼ 50,000 ਰੁਪਇਆ ਮੁੱਲ, 46,000 ਦੀ ਦੇ ਦੋ। ਹਾਂ ਆਪਾਂ ਮਾਨ ਤਾਂ ਛੋੜ ਹੀ ਕਰਾਂਗੇ, ਕੋਈ ਜੀ ਗੱਲ ਨਹੀਂ ਲੈ। ਠੀਕ ਆ। ਹੁਣ ਨਿਆਣਾ ਵੀ ਖੋਲਦਾ ਨਾ ਆਪਾਂ, ਇਹ ਨਹੀਂ ਹੈ ਲੱਤਾਂ ਮਾਰੀ ਜਾਓ। ਸਹੀ ਗੱਲ, ਸੀਲ ਠੰਡੀ ਤਾਂ ਇੰਨੀ ਹੈਗੀ। ਮੈਂ ਕਹਿੰਦਾ ਬਈ ਮੱਝ 3 ਰੁਪਏ ਲਾਉਣ ਨਾਲੋਂ ਹਨਾ, ਜੇ ਬੰਦਾ ਗਾਂ ਲੈ ਲੈ 1.5-1.5 ਲੱਖ ਵਾਲੀ ਮੱਝ ਦੁੱਧ ਦੇਊਗੀ 16-17 ਕਿਲੋ, ਤੇ ਉਹਨਾਂ ਦੁੱਧ ਇਹਨੇ ਦੇਣਾ ਹੈਗਾ 5.5-6 ਫੈਟ ਦਾ ਦੁੱਧ ਹੋਊਗਾ। ਲੈ ਜਮਾ ਝਾੜ ਕੀ ਲੇਵਾ ਬਾਈ, ਜਮਾ ਡਾਕਟਰ ਕੋਈ ਜੀ ਤਾਂ ਕੋਈ ਚੀਜ਼ ਨਹੀਂ ਲੈ। ਸਹੀ ਗੱਲ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਗੁਲਾਬੀ ਥਣ, ਆਰਡਰ ਬਹੁਤ ਚੰਗਾ, ਕੋਈ ਜੀ ਤਾਂ ਚੀਜ਼ ਹੀ ਹੈ ਨਹੀਂ, ਲੱਤਾਂ ਛੜਾ ਮਾਰਨ ਵਾਲੀ, ਲੱਤਾਂ ਮਾਰਨ ਵਾਲੀ ਹੁੰਦੀ ਤਾਂ ਥੱਲੇ ਨਹੀਂ ਸੀ ਬੈਠਾ ਦੇਣਾ ਗਾ। ਹਾਂ ਜਾਤ ਬਰੀਡ ਫੁੱਲ ਚੰਗੀ ਆ ਬਾਈ, ਮੁੱਲ ਜਮਾ ਜਾਇਜ਼ 46,000 ਦੀ ਬਾਈ ਕਹਿੰਦਾ, 46,000 ਦੀ ਦੇ ਦੇ ਡਾਕਟਰ ਆਪਾਂ, ਕੋਈ ਆਪਾਂ ਮੁੱਲ ਨਹੀਂ ਕਰਨਾ ਬਾਈ ਕਹਿੰਦਾ, ਕੋਈ ਆਪਾਂ ਬਾਲੇ ਨਹੀਂ ਮੰਗਣੇ, ਜਮਾ ਜਾਇਜ਼ ਰੇਟ। ਆਹ ਦੁੱਧ ਪਿਆ ਬਾਈ, ਚਵਾਈ ਤੁਹਾਡੇ ਸਾਹਮਣੇ ਹੋ ਗਈ, ਬੱਚਾ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਹੈ, ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ।